ਬਹੁਤ ਧੰਨਵਾਦ ਜੀ ਆਇਆਂ ਨੂੰ। ਸਾਡੇ ਇੱਥੋਂ ਮਹਿਰੂਮ ਸਵਰਗੀ ਜਸਵਿੰਦਰ ਸਿੰਘ ਰੋਕੀ, ਸਾਡੀ ਅਤਿ ਸਤਿਕਾਰਯੋਗ ਭੈਣ ਰਾਜਦੀਪ ਕੌਰ, ਜੋ ਅੱਜ ਅਕਾਲੀ ਦਲ ਬਾਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸ਼ਾਮਿਲ ਹੋਈ ਹੈ, ਉਹਨਾਂ ਨੂੰ ਜੀਆ ਕਿਹਾ ਜਾਂਦਾ। ਧੰਨਵਾਦ, ਵੈਲਕਮ। ਉਹਨਾਂ ਦੇ ਨਾਲ ਉਹਨਾਂ ਦੀ ਮਾਤਾ, ਉਹ ਵੀ ਆਏ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਸਾਹਮਣੇ ਇੱਥੇ ਬੈਠੇ ਨੇ, ਇਹਨਾਂ ਨੇ ਕੀਤਾ ਨਾ ਕਿ ਅਕਾਲੀ ਭਾਜਪਾ ਨੇ ਕੋਈ ਕੰਮ ਕੀਤਾ। ਔਰ ਉੱਪਰ ਵੀ ਉਸ ਵੇਲੇ ਡਾਕਟਰ ਮਨਮੋਹਨ ਸਿੰਘ ਜੀ ਦੀ ਔਰ ਸ਼੍ਰੀਮਤੀ ਸੋਨੀਆ ਗਾਂਧੀ ਯੂਪੀਏ ਦੀ ਚੇਅਰਪਰਸਨ ਸੀ ਜਦੋਂ ਇਹ ਕਾਰੇ ਸਿਰੇ ਚੜਿਆ। ਔਰ ਅੱਜ ਰਾਏਸੇਖ ਬਰਾਦਰੀ ਨੂੰ ਜਿਹੜਾ ਐਸਸੀ ਦਾ ਦਰਜਾ ਮਿਲਣ ਤੇ ਉਹਨਾਂ ਦੇ ਪਰਿਵਾਰ ਔਰ ਸਾਰੇ ਹਿੰਦੁਸਤਾਨ 'ਚ ਤਰੱਕੀ ਜਿਹੜੀ ਹੋ ਰਹੀ ਹੈ ਇਹ ਸਾਰੇ ਜਹਾਨ ਨੂੰ ਪਤਾ ਹੈ। ਔਰ ਇੱਕ ਬਹੁਤ ਵੱਡੀ ਗੱਲਾਂ ਦਾ ਬਹੁਤ ਮੈਂ ਕਰਨ ਨੂੰ ਮੁੱਖ ਮੰਤਰੀ ਜੀ ਗੱਲ ਕਰਨਗੇ, ਲੇਕਿਨ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਕਰਕੇ ਮੈਂ ਆਪਣਾ ਸਥਾਨ ਲਵਾਂਗਾ। ਉਹਦੇ 'ਚ ਇਹ ਗੱਲ ਹੈ ਕਿ ਰਾਹੁਲ ਜੀ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜਿਹੜੇ ਗਰੀਬ ਨੇ ਉਹਨਾਂ ਨੂੰ ਮੈਂ 6,000 ਰੁਪਇਆ ਮਹੀਨੇ ਦਾ, ਯਾਨੀ ਕਿ 72,000 ਰੁਪਇਆ ਸਾਲ ਦਾ ਸਾਡੀ ਸਰਕਾਰ ਜੇ 23 ਤਰੀਕ ਨੂੰ ਬਣਦੀ ਹੈ ਤੇ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਹੀ ਉਹ ਲੋਕਾਂ ਦੇ ਘਰਾਂ ਦੇ ਵਿੱਚ 72,000 ਜਿਹੜਾ ਸਾਲ ਦਾ ਉਹ ਤੁਹਾਡੇ ਲੋਕਾਂ ਦੇ ਖਾਤਿਆਂ 'ਚ ਜਮ੍ਹਾਂ ਹੋ ਜਾਣਾ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ, ਕਰਜ਼ੇ ਮੁਆਫ਼ ਕੀਤੇ, 6 ਲੱਖ ਅਸੀਂ ਨੌਕਰੀਆਂ ਦਿੱਤੀਆਂ, ਜਿਹੜੇ ਡਰੱਗ ਦਾ ਧੰਦਾ ਕਰਦੇ ਸੀਗੇ ਨਸ਼ੇ ਦਾ, 42,000 ਲੋਕਾਂ ਦੇ ਕੇਸ ਚੱਲ ਰਹੇ ਨੇ। ਬਹੁਤ ਹੀ ਸਤਿਕਾਰਯੋਗ ਮਿਸ਼ਨ 13 ਦੀ ਕਾਮਯਾਬੀ ਲਈ ਫਾਜ਼ਿਲਕਾ ਵਿੱਚ ਪਹੁੰਚੇ ਪੰਜਾਬ ਦੇ ਪਾਣੀਆਂ ਦੇ ਰਾਖੇ ਔਰ ਕਿਸਾਨਾਂ ਦੇ ਮਸੀਹਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਜੋ ਇੱਥੇ ਆਈ ਹੈ, ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਫਾਜ਼ਿਲਕਾ ਵੱਲੋਂ ਸਾਰਿਆਂ ਦਾ ਬਹੁਤ ਸਵਾਗਤ ਕਰਦਾ। ਬਾਣੀ ਵਿੱਚ ਲਿਖਿਆ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਔਰ ਇਹ ਜਿਹੜੀ ਵਾਕ ਹੈ ਇਹ ਜਦੋਂ ਮਹਾਰਾਜਾ ਸਾਹਿਬ ਨੂੰ ਵੇਖੋ ਤੇ ਪਤਾ ਲੱਗਦਾ ਹੈ ਕਿ ਜਦੋਂ ਜਦੋਂ ਆਮ ਬੰਦੇ ਦੀ, ਕਿਸਾਨ ਦੀ ਔਰ ਮਜ਼ਲੂਮ ਦੀ ਲੜਾਈ ਦੀ ਗੱਲ ਆਈਏ ਤੇ ਮਹਾਰਾਜਾ ਸਾਹਿਬ ਨੇ ਉਸ ਗੱਲ ਦੇ ਵਿੱਚ ਆਪਣਾ ਪੂਰਾ ਸਟੈਂਡ ਲਿਆ। ਜੇ 2002 ਤੋਂ 2007 ਦੀ ਸਰਕਾਰ ਸੀ ਤੇ ਮਹਾਰਾਜਾ ਸਾਹਿਬ ਨੇ ਆਪਦੀ ਕੁਰਸੀ ਦੀ ਪਰਵਾਹ ਨਾ ਕਰਦੇ ਹੋਏ ਪਾਣੀਆਂ ਦੇ ਵਾਸਤੇ ਜਿਹੜੇ ਸਾਰੇ ਰੈਜ਼ੋਲੂਸ਼ਨ ਪਹਿਲਾਂ ਦੇ ਸੀ ਉਹ ਕੈਂਸਲ ਕਰਕੇ ਪੰਜਾਬ ਨੂੰ ਇੱਕ ਰਾਜਸਥਾਨ, ਇੱਕ ਮੂਰਥਲ ਬਣਨ ਤੋਂ ਬਚਾਇਆ, ਜਿਹਦੇ ਵਿੱਚ ਸਾਡਾ ਜਿਹੜਾ ਏਰੀਆ ਜੋ ਕਿ ਟੇਲਾਂ 'ਤੇ ਪੈਂਦਾ ਹੈ ਉਹ ਹਮੇਸ਼ਾ ਤਾਂ ਉਮਰ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਨੇ ਉਹਨਾਂ ਦੇ ਧੰਨਵਾਦੀ ਰਹਿਣਗੇ। ਔਰ ਮੈਂ 1 ਮਿੰਟ ਦੇ ਵਿੱਚ ਹੀ ਆਪਦੀ ਗੱਲ ਖਤਮ ਕਰਾਂਗਾ ਕਿਉਂਕਿ ਇੱਕ ਗੱਲ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ। ਜੋ 2 ਸਾਲ ਅਸੀਂ ਮਹਾਰਾਜਾ ਸਾਹਿਬ ਦੇ ਲਾਏ ਨੇ ਨਾਲ, ਮਹਾਰਾਜਾ ਸਾਹਿਬ ਇਹ ਤੁਹਾਡੀ ਹਿੰਮਤ ਸੀ, ਪਹਿਲਾਂ ਵੀ ਤੁਹਾਡਾ ਪਾਣੀਆਂ ਦਾ ਫੈਸਲਾ ਹਿਸਟੋਰਿਕ ਸੀ ਔਰ ਜਿਹੜਾ ਕਿਸਾਨ ਦੀ ਕਰਜ਼ਾ ਮਾਫ਼ੀ ਦਾ ਜਿਹੜਾ ਫੈਸਲਾ ਤੁਸੀਂ ਕੀਤਾ ਹੈ ਜੋ ਲੋਕ ਸੋਚ ਵੀ ਨਹੀਂ ਸਕਦੇ ਸੀ, ਤੁਸੀਂ ਉਸ ਵਾਸਤੇ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਕੈਪਟਨ ਸਾਹਿਬ, ਮੈਂ ਅਸੀਂ ਤੁਹਾਡਾ ਕੋਟ ਐਂਡ ਕੋਟ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਫਾਜ਼ਿਲਕਾ ਦੇ ਪਾਰਲੀਮੈਂਟ ਦੇ ਚੋਣ ਦੇ ਸਮੇਂ ਲੋਕਾਂ ਦੇ ਵਿੱਚ ਹੋਰ ਤੇਜ਼ੀ ਲਿਆਉਣ ਲਈ ਅੱਜ ਇੱਥੇ ਆਏ ਹੋ। ਭਾਵੇਂ ਗਰਮੀ ਬਹੁਤ ਜ਼ਿਆਦਾ ਹੈ ਪਰ ਅੱਜ ਦਾ ਇਕੱਠ ਇਹ ਦੱਸਦਾ ਹੈ ਕਿ ਜਿਹੜੀ ਸੀਟ ਹੈ ਇੱਕ ਬਹੁਤ ਵੱਡੇ ਮਾਰਜਨ ਨਾਲ ਜਿੱਤ ਸਕਦੇ ਹਾਂ ਕਿਉਂਕਿ ਵਰਕਰ ਪੂਰੇ ਉਤਾਵਲੇ ਹਨ, ਪਿੰਡਾਂ ਅਤੇ ਸ਼ਹਿਰਾਂ ਵਿੱਚ ਜਦੋਂ ਜਾਂਦੇ ਤਾਂ ਇੱਕੋ ਇੱਕ ਹੀ ਲੋਕਾਂ ਦਾ ਪਿਆਰ, ਇੱਕੋ ਹੀ ਲੋਕਾਂ ਦਾ ਵਿਵਹਾਰ ਇਹ ਕਰਦੇ ਹੈ ਕਿ ਸਾਡੇ ਦੇਸ਼ ਦੇ ਜੋ ਪ੍ਰਧਾਨ ਰਾਹੁਲ ਗਾਂਧੀ ਜੀ ਅਤੇ ਸੋਨੀਆ ਗਾਂਧੀ ਜੀ, ਉਹਨਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜੀ, ਸਾਡੇ ਜਾਖੜ ਸਾਹਿਬ ਸੁਨੀਲ ਜਾਖੜ ਜੀ ਅਤੇ ਰਾਜ ਬੀਬੀ ਆਸ਼ਾ ਕੁਮਾਰੀ ਜੀ, ਜਿਹਨਾਂ ਨੇ ਦਾਸ ਨੂੰ ਇਸ ਹਲਕੇ ਤੋਂ ਟਿਕਟ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ। ਸੋ ਕੈਪਟਨ ਸਾਹਿਬ, ਗੱਲਾਂ ਇਸ ਇਲਾਕੇ ਦੀਆਂ ਜੋ ਮੁਸ਼ਕਲਾਂ ਉਹ ਤਾਂ ਬਹੁਤ ਹਨ ਪਰ ਅੱਜ ਅਸੀਂ ਉਹਨਾਂ ਵਿੱਚ ਨਹੀਂ ਜਾਣਾ ਚਾਹੁੰਦੇ। ਮੈਂ ਤਾਂ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਇੱਥੇ ਦੇ ਜਿਹੜੇ ਪਹਿਲਾਂ ਦੇ ਅਕਾਲੀ ਦਲ ਦੇ ਲੀਡਰ ਹਨ, ਉਹ ਅੱਜ ਵੀ
ਇੱਥੋਂ ਦੇ ਵਰਕਰਾਂ ਨੂੰ ਲੌਕੇ ਮਾਰ ਰਹੇ ਹੈ। ਅਸੀਂ ਤੁਹਾਨੂੰ ਦੇਖ ਲਾਂਗੇ। ਬੇਨਤੀ ਹੈ ਕਿ ਇਹਨਾਂ ਜਿਹੜੇ ਅਕਾਲੀ ਦਲ ਦੇ ਆਗੂ ਇੱਥੇ ਘੁੰਮ ਰਹੇ ਹੈ, ਉਹਨਾਂ ਤੋਂ ਇਹਨਾਂ ਲੋਕਾਂ ਨੂੰ ਬਚਾਓ। ਤੁਸੀਂ ਬਚਾ ਸਕਦੇ ਹੋ। ਤੁਸੀਂ ਬੇਨਤੀ ਹੈ ਕਿ ਕੈਪਟਨ ਸਾਹਿਬ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ, ਤੁਸੀਂ ਇਹ ਇਲਾਜ ਤੁਸੀਂ ਕਰ ਸਕਦੇ ਹੋ। ਕਾਂਗਰਸ ਦੀ ਵੋਟ, ਕਿਉਂਕਿ ਥੋੜ੍ਹੇ ਬਹੁਤੇ ਕਿਸੇ ਦੇ ਕਿਲੇ ਛਿੱਟੇ ਕੋਈ ਤੋੜ ਨਹੀਂ ਰਹੇ, ਉਹਨਾਂ ਨੂੰ ਤੁਸੀਂ ਤਿਆਰ ਕਰਕੇ ਹੋ ਜਾਓਗੇ ਤਾਂ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਇਹ ਪਾਰਲੀਮੈਂਟ ਦੀ ਸੀਟ ਜਿੱਤੀ ਜਾ ਸਕਦੀ ਹੈ। ਕਿਉਂਕਿ ਇਸ ਜ਼ਿਆਦਾ ਇਲਾਜ ਕਿਸੇ ਹੋਰ ਕੋਲ ਨਹੀਂ, ਉਹ ਇਕੱਲਾ ਤੇ ਇਕੱਲਾ ਤੁਹਾਡੇ ਕੋਲ ਹੈ ਕਿ ਤੁਸੀਂ ਉਹ ਕਿਵੇਂ ਕਰਨਾ। ਇਸ ਕਰਕੇ ਕੁਛ ਗੱਲਾਂ ਕੈਪਟਨ ਸਾਹਿਬ ਇੱਥੇ ਜਿਹੜੀਆਂ ਜ਼ਰੂਰੀ ਹੈ, ਇੱਥੇ ਸਾਡੇ ਬਾਰਡਰ ਦੇ ਜਿਹੜੇ ਰਹਿ ਰਹੇ ਲੋਕ ਹੈ, ਆਪਣੀ ਸਰਕਾਰ ਹੈ, 1-2007 ਦੀ ਪੋਲਸੀ ਜਿਹੜੀ ਜ਼ਮੀਨ ਅਲਾਟ ਹੋਈ ਸੀ ਉਹ ਕੈਂਸਲ ਹੋ ਗਈ ਸੀ, ਉਹ ਫਿਰ ਤੋਂ ਬਹਾਲ ਹੋ ਚੁੱਕੀ ਹੈ, ਉਹ ਲਾਗੂ ਨਹੀਂ ਹੋਈ। ਉਹ ਲਾਗੂ ਕਰਵਾ ਦਿਓ ਕਿ ਪੂਰਾ ਬਾਰਡਰ, ਮੈਂ ਦਾਅਵੇ ਨਾਲ ਕਹਿੰਦਾ ਕਿ ਇੱਕ ਵੀ ਵੋਟ ਕਿਸੇ ਪਾਸੇ ਨਹੀਂ ਜਾਏਗੀ। ਹੋਏਗਾ ਤਾਂ ਇਲੈਕਸ਼ਨ ਤੋਂ ਬਾਅਦ ਕਾਰੋਬਾਰਾ ਤੁਸੀਂ ਅੱਗੇ ਕਰਕੇ ਜਾਓ। ਦੂਜਾ, ਬਾਰਡਰ ਏਰੀਏ ਦੇ ਵਿੱਚ ਜੋ ਰਹਿਸ਼ੀ ਪਲਾਟ ਨੇ ਜਿਹਨਾਂ ਲੋਕਾਂ ਕੋਲ, ਉਹ ਸਰਕਾਰੀ ਜ਼ਮੀਨਾਂ 'ਤੇ ਬੈਠੇ ਹੈ, ਪਰ ਜਦੋਂ ਕੋਈ ਉਹਨਾਂ ਦਾ ਮਕਾਨ ਡਿੱਗ ਜਾਂਦਾ ਜਾਂ ਕੋਈ ਫਲੱਡ ਆ ਜਾਂਦਾ ਤਾਂ ਉਹਨਾਂ ਦੇ ਉਹ ਕੰਪਨਸੇਟ ਉਹਨਾਂ ਨੂੰ ਮਿਲ ਨਹੀਂ ਸਕਦਾ। ਇੱਕ ਉਹ ਵੀ ਜੇਕਰ ਸਾਰਾ ਆਰਡੀਨੈਂਸ ਜਾਰੀ ਹੋ ਚੁੱਕਿਆ ਹੈ, ਸਰਕੂਲਰ ਜਾਰੀ ਹੋ ਚੁੱਕਿਆ ਹੈ, ਉਹਨੂੰ ਸਿਰਫ ਲਾਗੂ ਹੀ ਕਰਨਾ, ਉਹ ਮਿਹਰਬਾਨੀ ਕਰਕੇ ਉਹਨੂੰ ਲਾਗੂ ਕੀਤਾ ਜਾਏ। ਤੀਸਰਾ, ਇੱਥੇ ਸ਼ੂਗਰ ਮਿਲ ਦੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੇ ਗੰਨੇ ਦੀ ਪੇਮੈਂਟ ਲੰਬੇ ਸਮੇਂ ਤੋਂ ਬਕਾਇਆ ਪਈ ਹੈ, ਉਹ ਜਿਹੜੀ ਪੇਮੈਂਟ ਹੈ ਉਹ ਜਲਦੀ ਤੋਂ ਜਲਦੀ ਉਹ ਕਰਵਾਈ ਜਾਵੇ। ਤੀਜਾ, ਇੱਥੇ ਜਿਹੜੇ ਬਾਰਡਰ ਦੇ ਰਹਿ ਰਹੇ ਲੋਕ ਹੈ, ਸਰਕਾਰੀ ਸਕੂਲ ਜਿਹੜੇ ਕਿ ਬੜੇ ਪੁਰਾਣੇ ਸਮੇਂ ਤੋਂ ਚੱਲ ਰਹੇ, ਇੱਕ ਤਾਂ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ, ਦੂਜਾ ਉਹਨਾਂ ਦੇ ਸਟਾਫ ਭੇਜਣ ਦੀ ਲੋੜ ਹੈ। ਤੀਜੀ, ਮੈਂ ਬੇਨਤੀ ਕਰਦਾ ਕੈਪਟਨ ਸਾਹਿਬ, ਇੱਥੇ ਜਿਹੜੇ ਬਾਰਡਰ ਦੇ ਨੌਜਵਾਨ ਪੜ੍ਹੇ ਲਿਖੇ ਹੈ ਉਹਨਾਂ ਦਾ ਜਿਹੜਾ ਐਜੂਕੇਸ਼ਨ ਸਟੈਂਡਰਡ ਉਹ ਦੂਜੇ ਏਰੀਏ ਦੇ ਨਾਲੋਂ ਬਹੁਤ ਪਿੱਛੇ ਹੈ, ਫਿਜੀਕਲੀ ਬਹੁਤ ਤਕੜੇ ਹੈ, ਫਿਜੀਕਲੀ ਟੈਸਟ ਪਾਸ ਕਰ ਲੈਂਦੇ ਹੈ ਪਰ ਰਿਟਰਨ ਦੇ ਵਿੱਚ ਉਹ ਪਿੱਛੇ ਰਹਿ ਜਾਂਦੇ ਹੈ। ਮੇਰੀ ਰਿਕੁਐਸਟ ਹੈ ਕਿ ਤੁਸੀਂ 5 ਕਿਲੋਮੀਟਰ ਦੇ ਪੱਟੀ ਦੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਅਲੱਗ ਤੌਰ 'ਤੇ ਟੈਸਟ ਲੈ ਕੇ ਉਹਨਾਂ ਨੂੰ ਸਰਕਾਰੀ ਫੋਰਸਾਂ ਦੇ ਵਿੱਚ ਡਿਸਿਪਲਨਰ ਫੋਰਸ ਕਿਤੇ ਵੀ ਜਿੱਤੇ ਤਾਂ ਕਿ ਇਹਨਾਂ ਲੋਕਾਂ ਨੂੰ ਉਹ ਰਾਹਤ ਮਿਲ ਸਕੇ। ਇਸ ਕਰਕੇ ਮੈਂ ਅਖੀਰ ਵਿੱਚ ਫਿਰ ਤੁਹਾਡਾ ਧੰਨਵਾਦ ਕਰਦਾ ਕਿ ਡਾਕਟਰ ਸਾਹਿਬ ਅੱਜ ਜਿਹੜਾ ਤੁਸੀਂ ਇੱਥੇ ਕਿਤਾ ਜੋ ਲੋਕ ਧੌਕੇ ਮਾਰਦੇ ਫਿਰਦੇ ਹੈ, ਗੁਬਰਾਹ ਕਰਦੇ ਫਿਰਦੇ ਹੈ, ਇੱਕ ਸਾਡੇ ਹਲਕੇ ਦਾ ਸਾਬਕਾ MLA ਹੈ, ਉਹ ਸ਼ਰੇਆਮ ਲੋਕਾਂ ਨੂੰ ਧਮਕਾਉਂਦਾ ਹੈ ਕਿ ਕੰਮ ਤਾਂ ਮੈਂ ਆਊਂਗਾ ਤੁਹਾਡੇ, ਇਹਨਾਂ ਨੇ ਵਿਚਕਾਰ ਨਹੀਂ ਸਕਣਾ ਕਿ ਵੋਟਾਂ ਤੁਸੀਂ ਪਾਉਣ ਨਾ ਜਾਓ, ਉਹਦੇ ਬਾਰੇ ਵੀ ਸਪਸ਼ਟ ਇਤਿਹਾਸ ਸਟੇਜ ਤੋਂ ਕਹਿ ਕੇ ਜਾਓ ਕਿ ਉਸ ਬੰਦੇ ਨੇ ਤੁਸੀਂ ਕੀ ਉਹਦਾ ਇਲਾਜ ਕਰਨਾ। ਮੈਂ ਤਾਂ ਬੇਨਤੀ ਕਰਦਾ ਕਿ ਉਹਨੂੰ ਇਹੋ ਜਿਹੇ ਲੀਡਰਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ, ਇਸ ਤੋਂ ਬਾਅਦ ਕੋਈ ਉਹਦਾ ਗੁਜ਼ਾਰਾ ਨਹੀਂ ਹੋ ਸਕਦਾ। ਅਤੇ ਸਾਡੇ ਮੈਂ ਅਖੀਰ ਵਿੱਚ ਤੁਹਾਡਾ ਫਿਰ ਇੱਥੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਇੱਥੇ ਸਫਾਜਲਾ ਆਏ ਹੋ ਅਤੇ ਇਲਾਕੇ ਵੱਲੋਂ ਮੈਂ ਤੁਹਾਡਾ ਫਿਰ ਟੋਟਲ ਕੋਟ ਧੰਨਵਾਦ ਕਰਦਾ। ਸਾਨੂੰ ਵਿਸ਼ਵਾਸ ਹੈ ਕਿ ਅੱਜ ਤੁਸੀਂ ਇੱਥੇ ਪੂਰਾ ਇਲਾਜ ਕਰਕੇ ਜਾਓਗੇ, ਲੋਕਾਂ ਨੂੰ ਪੂਰੀ ਹੌਸਲਾ ਦੇ ਕੇ ਜਾਓਗੇ ਤਾਂ ਕਿ ਇਹ ਲੋਕ ਤਕੜੇ ਹੋ ਕੇ ਉੱਠ ਕੇ ਕਾਂਗਰਸ ਦੀ ਸਾਰੀ ਜੇ ਵੋਟ ਪੈ ਜਾਂਦੀ ਹੈ ਤਾਂ ਮੈਂ ਤੁਹਾਨੂੰ ਦਾਅਵਾ ਪਹਿਲਾਂ ਵੀ ਕੀਤਾ, ਦੁਬਾਰਾ ਕਰਨਾ ਕਿ ਉਹਨਾਂ ਦੀ ਇੱਥੇ ਕਿਤੇ ਗਰੀ ਨਹੀਂ ਦੇ ਸਕਦੀ। ਇਹਨੀਆਂ ਬੇਟੀਆਂ ਦੇ ਨਾਲ ਫਿਰ ਕੀ ਤੁਹਾਡਾ ਧੰਨਵਾਦ ਭਾਜੀ ਭਾਜੀ ਜੀ ਜਿਹੜੇ ਸਾਰੇ ਇੱਥੇ ਦੇ ਪ੍ਰਬੰਧ ਸਾਂਭਣ ਵਾਸਤੇ ਆਏ ਨੇ, MLA ਸਾਹਿਬਾਨ, ਪਾਰਟੀ ਦੇ ਸਾਡੇ ਇੱਥੇ ਉੱਗੇ ਸਾਡੇ ਸਾਥੀ ਔਰ ਬਿਰਾਜਮਾਨ ਮੇਰੇ ਵੀਰੋ ਅਤੇ ਭੈਣੋ, ਅੱਜ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਤੁਹਾਡੇ ਫਾਜ਼ਿਲਕਾ ਵਿੱਚ ਆ ਸਕਿਆ
और ये गवाया साहब का चोन मैं अपना हिस्सा पा सकिया। खुशी मैं इस गल की कि इन्हों का जंग अज एक अजिहा बेईमान के नाल हो रहा है जिन्हों थला दिखा बहुत जरूरी है। हंकारी बंदा है रोपड़ बैठा इस वेले। मैं थोड़ा दस देना ये जेडे बादल ने ना चाहे बड़ा होए चाहे हो इस बात खुशी नहीं है। गल मैं थोड़ा दस दिन कि अज तो मैं ये वास्ते आया अज रात को मैं जा रहा अज जलसा है बठिंडे ये जरूरी है कि ये लोग जिन्हें पंजाब नूं वट दे रहे अपने वास्ते लोगों के वास्ते नहीं लोगों ने इन्हें रायन फोटो करे वोटा पाईया सी हुकूमत दिती ताकत दिती कि वो ताकत पंजाब की बेहतरी वास्ते ना उठे लेकिन वरती कितने एक इधर होटल बना दो एक उधर होटल बना दो एक इधर होटल बना दो लुटी चलो दुनिया में आ तरीका नहीं होता कुछ। और अज मैं गवाया साहब भी दस रहे हैं कि इतों उन्होंने टेलीफोन आके धमकिया देंगे धमकी देखे दे के देख गवाया साहब जी ने धमकी देंगे ने मैं जरा बंद का नाम दस दौ और दस दौ कि धमकी आई है ये बादल सीधा कहना मैं आता है इन्ना हकारी इंसान ने अज तुम ये देख लो हकूमत साड़ी धमकिया हो गए और ये समझ रहे कि गल तो लोग डर जाएंगे असं बैठे हो रहे असं देख रहे हैं बड़ा होए बचाला होए छोटा होए कोई भी होए आ जाए बादल इतने सामने ही कहते कहते कौड़िया वाली भी कहना इतने नेड़े दे कितने कौड़िया वाला पिंड ये कौड़िया वाला नाम है पूरा दयाल दयाल सिंह इन्हें तो मुकदमा किया अंदर गया से हूँ जमानत पर आया बाहर और हूँ घूम घूम गया उन्हें इस गल बंद पता होना चाहिए कि जेडे दो किले के मालिक है पता नहीं की कुछ बना लिता ये सारी लुट इन्होंने कटा गए से किसी को नहीं छड़ते चाहे बादल हो चाहे कौड़िया वाला हो चाहे इन्होंने कोई होर जेड़े हो जम्मू कौन हाँ वो मजीठा मजीठा तो बस हुई वो फालतू के तौर पर भरिया फिर होगा और बोलना बड़ा है आना हूँ घट है और मैं थोड़ा चंकी तरह जानना है मैं तुम दसा ये पिता जी उ पटियाले रेंदे से इन्होंने पिता जी ये दादा जी ने उन्होंने घटो घट घर को बहुत कटता से पटियाले रहन ला गए क्योंकि इन्होंने रिश्तेदारी नाभे में सी और उदों का और साडा पटियाला स्कूल है आनंदर पब्लिक स्कूल उत्ते पढ़ता से और उदों तो मैं इन्हू जानता है ये हंकारी बंदा इन्ना है ये दुनिया नू मेरा ख्याल मैं कह भी नहीं सकता किस किस्म हंकार इस बंद और वो समझता है कि धमकिया ना या पुलिस वर्त के या किसी ना किसी तरीके ना कोई काम चला लो ये लोक राज है ये प्यार का राज है ये लोक राज है कि लोक शक्ति तो तुसी बन गए हो कुछ फिर तुसी उन्होंने लोगों नू ही तुसी इत्थे उन्हां दी बाह मरोड़दे हो कि कुछ करदे हो ਹੁਣ ਅੱਜ ਮਜੀਠੇ ਦੇ ਵਿੱਚ ਵੀ ਚੋਣਾਂ ਚੱਲ ਰਹੀਆਂ ਨੇ ਔਰ ਤੁਸੀਂ ਦੇਖਣਾ ਹੈ ਕਿ ਮਜੀਠੇ 'ਚ ਨਵਾਂ ਪਊਗਾ ਉੱਥੇ ਉੱਥੇ ਸਾਰੇ ਇਹਨੇ ਲੋਕ ਦੁਖੀ ਨੇ ਔਰ ਅੱਜ ਭੁੱਖ ਭੱਜ ਰਿਹਾ ਇਸ ਲਈ ਕਿਉਂਕਿ ਸੁਖਵੀਰ ਇੱਥੇ ਲੜ ਰਿਹਾ ਹੈ ਔਰ ਉਹਦੀ ਭੈਣ ਉੱਥੇ ਲੜ ਰਹੀ ਹੈ ਭਾਈ ਇੱਧਰ ਉੱਧਰ ਮੂੰਹ ਮਾਂ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਅੱਜ ਇਹਨਾਂ ਦੇ ਹਾਲਾਤ ਬੜੇ ਮਾੜੇ ਨੇ ਔਰ ਇਹ ਹੋਣਗੇ ਮਾੜੇ ਮਾੜੇ ਕਿਉਂ ਹੋਣਗੇ ਜਿਹੜੀ ਤੁਸੀਂ ਬੇਅਦਬੀ ਦੇ ਵਿੱਚ ਪੈ ਗਏ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੀਤਾ ਦੇ ਪੰਜ ਤੁਸੀਂ ਗ੍ਰੰਥ ਪਾੜਤੇ ਕੁਰਾਨ ਸ਼ਰੀਫ ਦੇ ਤੁਸੀਂ ਪਾੜਤੇ ਤੇ ਤੁਸੀਂ ਬਾਈਬਲ ਜੋ ਈਸਾਈਆਂ ਦੀ ਹੈ ਉਹ ਵੀ ਤੁਸੀਂ ਪਾੜ ਦਿੱਤੀ ਕਿਉਂ ਕਿਉਂਕਿ ਤੁਸੀਂ ਚਾਹੁੰਦੇ ਸੀ ਕਿ ਸਮਾਜ ਟੁੱਟੇ ਔਰ ਸਿੱਖ ਇੱਕ ਪਾਸੇ ਹੋਣ ਔਰ ਸਿੱਖ ਜਾ ਕੇ ਤੁਹਾਡੀ ਵੋਟ ਤੁਹਾਨੂੰ ਪਾਉਣ ਅਕਾਲੀ ਦਲ ਨੂੰ ਇਹ ਸੀ ਇਹਨਾਂ ਦੀ ਸੋਚ 113 ਗ੍ਰੰਥ ਧਾਰਮਿਕ ਗ੍ਰੰਥ
ਇਹਨਾਂ ਦੇ ਬਾਦਲ ਦੇ ਸਮੇਂ ਦੇ ਵਿੱਚ ਪਾੜੇ ਗਏ, ਸਾਡੇ ਤਾਂ ਕੀ ਵੀ ਪਾੜਿਆ ਗਿਆ। ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ, ਰੱਬ ਵੀ ਹੈ ਕੁੱਕੜ, ਇਹਨਾਂ ਨੂੰ ਭੁਗਤਣਾ ਪਊਗਾ। ਇਸੇ ਵਾਸਤੇ ਲੋਕਾਂ ਨੇ ਇੱਥੇ ਬਾਈਬਲ ਕਲਾਮ ਵਿੱਚ ਬਹਿ ਕੇ ਰੋਸ ਦਾ ਪ੍ਰਗਟਾਵਾ ਕੀਤਾ, ਪੁਲਿਸ ਭੇਜਤੀ ਆਪਣੀਆਂ ਗੋਲੀਆਂ ਮਾਰ। ਅਗਲੇ ਸਵੇਰੇ ਮੈਂ ਉੱਥੇ ਪਹੁੰਚਿਆ ਸੀ, ਦੋ ਬੰਦੇ ਮਰ ਗਏ, ਦੋ ਬੰਦਿਆਂ ਦੇ ਰੀੜ੍ਹ ਨੇ ਹੱਡੀ ਦੇ ਵਿੱਚ ਦੀ ਗੋਲੀ ਲੰਘ ਗਈ, ਉਹਨਾਂ ਦੇ ਲੱਕ ਤੋਂ ਥੱਲੇ ਟੰਗਾਂ ਵੀ ਚੱਲਦੀਆਂ। ਇੱਕ ਮੈਨੂੰ ਬਾਬਾ ਜੀ ਨੇ ਦਿਖਾਇਆ, ਇੱਥੇ ਗੋਲੀ ਵੱਜੀ, ਅੱਧਾ ਇਹਨਾਂ ਦਾ ਹੱਥ ਲੈ ਕੇ ਗੋਲੀ ਨੇ ਪਾਰ ਕਰਤਾ, ਉਂਗਲੀਆਂ ਕੱਟੀਆਂ ਗਈਆਂ, ਕਿਸੇ ਦੇ ਮੋਢੇ 'ਚ ਲੱਗੀ, ਕਿਸੇ ਦੇ ਕੁਛ ਲੱਗੀ। ਤਰੀਕਾ ਕੰਮ ਕਰੋ, ਇਹ ਤਰੀਕਾ ਹੈ ਕਿ ਜਿਹੜੇ ਬਹਿ ਕੇ ਉੱਥੇ ਆਪਣੇ ਨਾਮ ਜਾਪਣੇ ਨੇ ਰੱਬ ਦਾ, ਉੱਥੇ ਜਾ ਕੇ ਤੁਸੀਂ ਬਗੈਰ ਪੁੱਛੇ ਤੁਸੀਂ ਗੋਲੀਆਂ ਫਾਇਰ ਕਰ ਦਿਓ। ਇਹਨਾਂ ਨੇ ਫਿਰ ਦਿਖਾਵਾ ਕੀਤਾ, ਇੱਕ ਜ਼ੋਰਾ ਸਿੰਘ ਕਮਿਸ਼ਨ ਬਿਠਾਈ, ਉਹ ਜਿਹੜੀ ਰਿਪੋਰਟ ਆਈ ਉਹਨਾਂ ਨੇ ਰੱਦ ਕਰਤੀ। ਫਿਰ ਅਸੀਂ ਰਣਜੀਤ ਸਿੰਘ ਕਮਿਸ਼ਨ ਬਿਠਾਇਆ ਔਰ ਅਸੈਂਬਲੀ ਦੇ ਵਿੱਚ ਪਾਸ ਹੋਇਆ, ਪੇਸ਼ ਹੋਇਆ, ਪਾਸ ਹੋਇਆ। ਅਕਾਲੀ ਕਹਿੰਦੇ ਅਸੀਂ ਨਹੀਂ ਮੰਨਦੇ। ਫਿਰ ਅਸੀਂ ਇੱਕ SIT ਬਣਾਈ, ਮੰਨੇ ਹੋਏ ਪੁਲਿਸ ਅਫਸਰਾਂ ਦੀ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ। ਔਰ ਇਹ ਹੁਣ ਜੈਸੇ ਸਿਰੇ ਪਹੁੰਚ ਰਹੀ ਸੀ, ਆਪਣੇ ਪਾਰਟੀ ਰਾਹੀਂ ਜਿਹੜੇ BJP ਦੇ ਇਹਨਾਂ ਦੇ ਸਮਰਥਕ ਨੇ, ਉਹਨਾਂ ਦੇ ਰਾਹੀਂ ਇਲੈਕਸ਼ਨ ਕਮਿਸ਼ਨ ਦੇ ਦੋ ਗਵਾਹ ਪਾ ਕੇ ਇੱਕ ਸਾਡਾ IG ਜਿਹੜਾ ਇਨਵੈਸਟੀਗੇਟ ਕਰ ਰਿਹਾ ਸੀ ਉਹ ਵੀ ਛੁੱਟੀ ਕਰਾ ਦਿੱਤੀ। ਇਹ ਸੁਣ ਲੈਣੇ ਬਾਦਲੀ ਹੈ, ਇੱਕ ਦੋ ਹਫ਼ਤੇ ਤੁਸੀਂ ਬਚਾ ਲਏ ਆਪਣੇ, ਜਿੰਨੇ ਨੇ ਕੋਡ ਆਫ ਕੰਡਕਟ ਜਾਊ ਉਹਦੇ ਲਈ ਗਵਰਨਰ ਜੇ ਪ੍ਰਤਾਪ ਸਿੰਘ ਮਾਨ ਆਊਗਾ, ਕਮੇਟੀ ਦੇ ਵਿੱਚ ਆਊਗਾ ਔਰ ਉਹ ਕਮੇਟੀ ਆਪਣੀ ਰਿਪੋਰਟ ਦੇਊ, ਮੈਨੂੰ ਨਹੀਂ ਦੇਊਗੀ, ਇਹ ਜਿਹੜੀ SIT ਬੈਠੀ ਹੈ ਉਹ ਦੇਊਗੀ ਆਪਣੀ ਕਮੇਟੀ ਦੀ ਰਿਪੋਰਟ ਅਦਾਲਤ ਦੇ ਵਿੱਚ, ਔਰ ਉੱਥੇ ਅਸੀਂ ਇਲੈਕਸ਼ਨ ਲੜਾਂਗੇ। ਔਰ ਚਾਹੇ ਬਾਦਲ ਹੋਏ, ਚਾਹੇ ਛੋਟੇ ਤੋਂ ਛੋਟਾ ਹੋਵੇ, ਜਿਹਨਾਂ ਨੇ ਇਸ ਬੇਅਦਬੀ ਦੇ ਵਿੱਚ ਹੱਕ ਪਾਇਆ, ਇੱਕ ਬੰਦਾ ਇਹਨੂੰ ਮੈਂ ਛੱਡਾਂਗਾ ਨਹੀਂ। ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ, ਸ਼ਰਮ ਆਉਣੀ ਚਾਹੀਦੀ ਹੈ ਲੋਕ ਵੇਖਿਆ ਨੀ ਪੰਜਾਬ ਦੇ ਵਿੱਚ ਕੀ ਰਿਹਾ, ਇਹ ਬੱਚਿਆਂ ਨੂੰ ਨੀ ਪਤਾ। ਲੇਕਿਨ 20 ਸਾਲ ਪੰਜਾਬ ਦੇ ਵਿੱਚ 35,000 ਪੰਜਾਬੀਆਂ ਦਾ ਖੂਬ ਡੁੱਲਿਆ, ਇੱਥੇ ਫਿਰ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ, ਕਰੀ ਚੱਲੋ ਜਿਹੜਾ ਕੁਛ ਕਰੀ ਚੱਲਦਾ ਤੁਸੀਂ, ਤਾਂ ਕਿ ਸਮਾਜ ਟੁੱਟੀ ਜਾਏ। ਸਮਾਜ ਜੋੜਨ ਦੀ ਗੱਲਾਂ ਆਉਂਦੀਆਂ ਨੇ, ਇਹ ਤੋੜਨ ਦੀਆਂ ਗੱਲਾਂ ਕਰਦੇ ਨੇ। ਇਹ ਗੱਲਾਂ ਕਦੇ ਵੀ ਰੱਬ ਨੇ ਮਾਫ ਨਹੀਂ ਕਰਨੀਆਂ, ਨਾ ਲੋਕਾਂ ਨੇ ਮਾਫ ਕਰਨੀਆਂ, ਤੁਹਾਡੇ ਸਾਹਮਣੇ ਹੋਣੀਆਂ, ਚੋਣ ਤੁਸੀਂ ਫੈਸਲਾ ਕਰਨਾ। ਸੈਂਟਰ ਦੇ ਵਿੱਚ ਮੋਦੀ ਵੀ ਸਮਾਜ ਤੋੜਨ ਦੀਆਂ ਗੱਲਾਂ ਕਰ ਰਹੇ, ਕਾਂਗਰਸ ਪਾਰਟੀ ਹਰ ਪਿੰਡ ਦੇ ਵਿੱਚ ਚੋਰੀ ਛਾ ਕੇ ਆਉਂਦੀ ਹੈ ਹਿੰਦੁਸਤਾਨ ਦੇ ਪਿੰਡਾਂ ਦੇ ਵਿੱਚ। ਕਾਂਗਰਸ ਪਾਰਟੀ ਨੂੰ 125 ਸਾਲ ਹੋ ਗਏ ਨੇ ਜਦ ਤੋਂ ਅੰਗਰੇਜ਼ਾਂ ਦੇ ਨਾਲ ਲੜਾਈ ਦਿੱਤੀ ਇਹਨਾਂ ਨੇ ਆਪਣੀ ਆਜ਼ਾਦੀ ਲੈਣ ਵਾਸਤੇ। ਸਾਡੇ ਵਾਸਤੇ ਸਾਰੇ ਮਜ਼ਹਬ, ਹਰ ਜਾਤ ਪਾਤ ਦੇ ਲੋਕ ਇੱਕੋ ਹੀ ਨੇ, ਇੱਕੋ ਹੀ ਝੰਡਾ ਸਾਡੇ ਕਾਂਗਰਸ ਦੇ ਝੰਡੇ ਦੇ ਹੇਠ ਔਰ ਦੇਸ਼ ਦੇ ਝੰਡੇ ਦੇ ਹੇਠ। ਇਹ ਦੇਸ਼ ਜਿਹੜਾ ਹੈ ਇਹਦੇ ਬਹੁਤ ਮਜ਼ਹਬ ਨੇ, ਬਹੁਤ ਜਾਤ ਪਾਤ ਨੇ, ਲੇਕਿਨ ਹਰ ਬੰਦਾ ਆਪਣੇ ਆਪ ਨੂੰ ਹਿੰਦੁਸਤਾਨੀ ਕਹਾਉਂਦਾ ਹੈ। ਇਹ ਜ਼ਰੂਰੀ ਹੈ ਸਾਡੇ ਵਾਸਤੇ। ਔਰ ਇਹ ਨਹੀਂ ਜੋ ਨੈਸ਼ਨਲਿਜ਼ਮ ਜੋ ਦਿਖਾ ਰਿਹਾ ਮੋਦੀ, ਮੈਂ ਬੜਾ ਇੱਥੇ ਲੜਾਈ ਜੰਗ ਲਈ, ਮੈਂ ਪਾਕਿਸਤਾਨ ਦੇ ਨਾਲ, ਮੇਰੀ ਫੌਜ ਨੇ, ਤੇਰੀ ਫੌਜ ਕੀ ਹੈ ਬਈ, ਹਿੰਦੁਸਤਾਨੀ ਹਿੰਦੁਸਤਾਨ ਦੀ ਫੌਜ ਹੈ, ਹਿੰਦੁਸਤਾਨ ਦੇ ਲੋਕਾਂ ਦੀ ਫੌਜ ਹੈ, ਉਸ ਫੌਜ 'ਚ ਮੈਂ ਲਿਆ 10 ਸਾਲ, ਮੈਂ ਤੇਰਾ ਫੌਜੀ ਤਾਂ ਨਹੀਂ ਸੀ, ਮੈਂ ਦੇਸ਼ ਦਾ ਫੌਜੀ ਸੀ। ਇਹ ਨਹੀਂ ਹੈ ਸਾਰੇ ਅਸੀਂ ਜਿਹੜੇ ਹੈ, ਤੇਰਾ ਕੰਮ ਹੈ ਡਿਊਟੀ ਕਰਨੀ, ਫੈਸਲਾ ਕਰਨਾ, ਕੈਬਨਿਟ ਨੂੰ ਪੁੱਛਣਾ ਔਰ ਫਿਰ ਫੌਜ ਨੂੰ, ਏਅਰਫੋਰਸ ਨੂੰ, ਨੇਵੀ ਨੂੰ, ਜਿਹਨੂੰ ਵੀ ਹੈ ਹੁਕਮ ਦੇਣਾ। ਕਹਿੰਦਾ ਮੈਂ ਕਹਿੰਦਾ ਜਿਹਨੇ ਇਹੋ ਜਿਹਾ ਕਦਮ ਕਦੇ ਚੱਕਿਆ ਤਾਂ ਫਿਰ ਬੰਗਲਾਦੇਸ਼ ਕਿਹਨੇ ਬਣਾਇਆ, ਇੰਨਾ ਵੀ ਨਹੀਂ ਅਕਲ। ਬੰਗਲਾਦੇਸ਼ ਖਾਤਰ ਦੇ ਵਿੱਚ ਇੰਦਰਾ ਗਾਂਧੀ ਜੀ ਨੇ ਫੈਸਲਾ ਕੀਤਾ ਸੀ, ਫੌਜਾਂ ਗਈਆਂ ਪਾਕਿਸਤਾਨ ਦੇ ਦੋ ਫਾੜ ਕਰਕੇ ਉੱਥੇ ਬੰਗਲਾਦੇਸ਼ ਬਣਾਈ। ਦੇਖੇ ਇੰਦਰਾ ਜੀ ਨੇ ਫਿਰ ਕਿਹਾ ਕਿ ਮੈਂ ਹਿੰਦੁਸਤਾਨ ਫੌਜ ਦੀ ਬੜੀ ਸ਼ਲਾਘਾ ਕਰਨੀ ਔਰ ਫੀਲਡ ਮਾਰਸ਼ਲ ਮੈਨੇਕਸ਼ਾ ਦੀ ਅਗਵਾਈ ਹੇਠ ਜੋ ਜੰਗ ਹੋਇਆ ਮੈਂ ਉਹਨਾਂ ਦੇ ਸਾਹਮਣੇ ਸਿਰ ਚ ਪਾਉਂਦੀ ਹਾਂ। ਤਾਂ ਉਹਨਾਂ ਨੂੰ ਕਿਹਾ, ਇਹ ਨਹੀਂ ਕਿਹਾ ਕਿ ਮੈਂ ਜੰਗ ਲੜਿਆ। ਇਹ ਹੰਕਾਰੀ ਲੋਕ ਇਹ ਹੁਣ ਘਬਰਾਏ ਹੋਏ ਨੇ,
ਤਾਂ ਆਏ ਗਏ ਭਾਸ਼ਣ ਦਿੰਦੇ ਆ ਰੋਜ਼ ਹੀ ਮੈਂ ਸੁਣਦਾ ਮੈਂ ਅੱਕ ਗਿਆ ਜਾਂ ਉਹਦੀ ਤਸਵੀਰ ਆਉਂਦੀ ਮੈਂ ਤਾਂ ਟੈਲੀਵਿਜ਼ਨ ਬੰਦ ਕਰ ਦਿੰਦਾ ਅੱਕ ਗਿਆ ਉਹਨੇ ਦੇਖਦੇ ਉਹੀ ਚੀਜ਼ਾਂ ਕਹਿਣੀਆਂ ਉਹੀ ਕਿਸਮ ਨੇ ਆਪਣੇ ਆਪਣੀ ਸ਼ਲਾਘਾ ਕਰਨੀ ਕਿਸੇ ਹੋਰ ਦੀ ਨਿੰਦਾ ਕਰਨੀ ਇਹ ਕੰਮ ਨਹੀਂ ਹੈ ਆਪਣੇ ਸਾਹਮਣੇ ਬਹੁਤ ਮਸਲੇ ਨੇ ਪੰਜਾਬ 'ਚ ਅੱਜ ਮੇਰੀ ਕਿਸਾਨੀ ਡੁੱਬੀ ਪਈ ਆ ਉਹਨਾਂ ਨੂੰ ਮੈਂ ਚੱਕਣਾ ਅੱਜ ਮੈਂ ਜਿਹੜੇ ਕੀਤੇ ਨੇ ਕਰਜ਼ਾ ਮਾਫ਼ੀ ਉਹ ਤਾਂ ਸਿਰਫ 6.5 ਕਰੋੜ ਤੁਹਾਨੂੰ ਪਤਾ ਹੈ ਕਰਜ਼ਾ ਕਹਿੰਦਾ ਪੰਜਾਬ ਦੇ ਕਿਸਾਨੀ ਨੇ 76,000 ਕਰੋੜ ਔਰ ਅਸੀਂ ਜਿਹੜੇ 2 ਲੱਖ ਤੋਂ ਜਾ ਰਹੇ ਹਾਂ 9.5 ਹਜ਼ਾਰ ਕਰੋੜ ਹੈ ਕਿੰਨੀ ਕਰਜ਼ਾ ਚੜਿਆ ਉਸ ਲਈ ਤੁਹਾਨੂੰ ਨਵੀਂ ਫਸਲਾਂ ਨਵੇਂ ਭਾਅ ਨਵੀਂ ਖਰੀਦ ਦਾ ਸਿਸਟਮ ਇਹ ਸਾਰਾ ਕੁਝ ਅਸੀਂ ਕਰਨਾ ਫਿਰ ਅਸੀਂ ਸਾਡੇ ਬੱਚੇ ਨੇ ਹੋ ਰਹੇ ਨੇ ਉਹਨਾਂ ਦੀ ਨੌਕਰੀਆਂ ਦੇ ਪ੍ਰਬੰਧ ਕਰਨੇ ਨੇ ਨੌਕਰੀਆਂ ਹੋਣਗੀਆਂ ਅਗਰ ਸ਼ਾਂਤੀ ਹੋਊਗੀ ਸੂਬੇ 'ਚ ਜਾਂ ਸ਼ਾਂਤੀ ਹੋਊਗੀ ਸੂਬੇ ਤਾਂ ਹੀ ਲੋਕ ਆਪਣਾ ਪੈਸਾ ਲਿਆ ਕੇ ਸੂਬੇ 'ਚ ਲਾਉਣਗੇ ਨਹੀਂ ਕੋਈ ਨਹੀਂ ਲਾਉਂਦਾ ਇੱਥੇ ਕੋਈ ਨਹੀਂ ਚਾਹੁੰਦਾ ਕਿ ਮੈਂ ਪੈਸੇ ਲਾ ਕੇ ਫਿਰ ਮੇਰੇ ਪੈਸੇ ਡੁੱਬੇ ਆਉਣੇ ਇੱਥੇ ਇੰਡਸਟਰੀ ਜਾਂ ਚੱਲੇਗੀ ਰੈਵਨਿਊ ਸਟੇਟ ਤਾਂ ਵਧੂਗਾ ਨਵੀਆਂ ਸੜਕਾਂ ਬਣਾਉਣੀਆਂ ਨੇ ਸਕੂਲ ਬਣਾਉਣੇ ਨੇ ਕਾਲਜ ਬਣਾਉਣੇ ਨੇ ਹਸਪਤਾਲ ਬਣਾਉਣੇ ਨੇ ਉਹ ਸਾਰੇ ਜਦ ਪੈਸਾ ਸਰਕਾਰ ਦੇ ਕੋਲ ਹੋਊ ਤਾਂ ਹੀ ਕੰਮ ਹੋਊਗਾ ਇਹ ਗੱਲਾਂ ਸਾਨੂੰ ਕਰਨੀਆਂ ਪੈਣਗੀਆਂ ਔਰ ਇਸ ਕਰਕੇ ਸੈਂਟਰ ਦੇ ਵਿੱਚ ਇਹ ਸੈਂਟਰ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਸਾਨੂੰ ਆਪਣੀ ਸਰਕਾਰ ਚਾਹੀਦੀ ਜਿਹੜੀ ਤੁਹਾਨੂੰ ਰੋਜ਼ ਤੁਸੀਂ ਦੇਖਦੇ ਹੋ ਰਾਹੁਲ ਜੀ ਚੀਜ਼ਾਂ ਨੇ ਹੁਣ 72,000 ਕਰੋੜ ਰੁਪਇਆ ਉਹਨਾਂ ਨੇ ਕਿਹਾ ਇਹ ਤਾਂ 15 ਲੱਖ ਦੇ ਰਹੇ ਸੀ ਕਿ ਜਦੋਂ ਅਸੀਂ ਆਵਾਂਗੇ ਮੋਦੀ ਕਹਿੰਦਾ ਸੀ ਕਿ 15 ਲੱਖ ਰੁਪਇਆ ਹਰ ਬੰਦੇ ਦੇ ਖਾਤੇ ਦੇ ਵਿੱਚ ਪੈ ਜਾਊ ਕਿਹਦੇ ਨੇ ਆਹ 15 ਲੱਖ ਹੋਈ ਉਹਨਾਂ ਕਿਹਾ ਸੀ ਕਿ ਲੈ ਕੇ ਆਏਗਾ ਔਰ ਪਾਏਗਾ ਅਸੀਂ ਕਿਹਾ ਸਾਡੇ ਰਾਹੁਲ ਜੀ ਨੇ ਕਿ ਹਰ ਬੰਦੇ ਨੂੰ ਕਮ ਸੇ ਕਮ 72,000 ਰੁਪਏ ਸਾਲ ਦਾ ਅਸੀਂ ਦੇ ਲਓ ਅਸੀਂ ਤਿਆਰ ਰੱਖਾਂਗੇ ਇਹ ਜੋ ਅਸਲੀਅਤ ਹੈ ਜੋ ਸਹੀ ਗੱਲਾਂ ਨੇ ਉਹੀ ਕਰੋ ਝੂਠ ਬੋਲਣ ਦਾ ਕਿਆ ਫਾਇਦਾ ਤੁਹਾਨੂੰ ਜਦ ਤੁਹਾਨੂੰ ਪਤਾ ਅਸੀਂ ਨਹੀਂ ਕਰਨਾ ਸਿਰਫ ਵੋਟਾਂ ਖਿੱਚਣ ਵਾਸਤੇ ਇਹ ਤਰੀਕਾ ਨਹੀਂ ਕੁਛ ਹੁੰਦਾ ਤੋ ਅੱਜ ਸਾਡੇ ਸਾਹਮਣੇ ਬਹੁਤ ਮਸਲੇ ਨੇ ਦੇਸ਼ ਦੇ ਮਸਲੇ ਨੇ ਦੇਸ਼ ਨੂੰ ਆਪਾਂ ਨੇ ਇਹ ਦੇਸ਼ ਦੇ ਵਿੱਚ ਅਸੀਂ ਮਜ਼ਬੂਤੀ ਲਿਆਉਣੀ ਹੈ ਦੇਸ਼ ਦੇ ਵਿੱਚ ਸਮਾਜ ਨੂੰ ਮਜ਼ਬੂਤ ਕਰਨਾ ਹੈ ਦੇਸ਼ ਦੇ ਵਿੱਚ ਹਰ ਹਿੰਦੁਸਤਾਨੀ ਦੇ ਵਾਸਤੇ ਹੈ ਉਹਦਾ ਆਪਾਂ ਨੇ ਭਵਿੱਖ ਦੇਖਣਾ ਹੈ ਉਹਨਾਂ ਦੇ ਬੱਚਿਆਂ ਦਾ ਭਵਿੱਖ ਦੇਖਣਾ ਹੈ ਔਰ ਇਹ ਚੋਣ ਇਸ ਵਾਸਤੇ ਲੜੀ ਜਾ ਰਹੀ ਹੈ ਮੈਂ ਜਾਣਦਾ ਹੈ ਚਾਹੇ ਸੈਂਟਰ ਦੀ ਚੋਣ ਹੋਏ ਫਿਰ ਵੀ ਆਪਣੇ ਰੇਨੂ ਗੱਲਾਂ ਆ ਜਾਂਦੀਆਂ ਇਹਦੇ ਵਿੱਚ ਮੇਰੇ ਵਹਿਰੇ ਤੁਹਾਡੇ ਨਾਲ ਕੀਤੇ ਹੋਏ ਨੇ ਸਾਡੇ ਮੈਨੀਫੈਸਟੋ ਦੇ ਵਿੱਚ 2 ਸਾਲ ਹੋਏ ਨੇ ਅਸੀਂ ਬਹੁਤ ਜਿਹੜੇ ਅਸੀਂ ਮਸਲੇ ਨੇ ਅਸੀਂ ਆਪਣੇ ਬਹੁਤ ਅੱਗੇ ਤੱਕ ਲੈ ਗਏ ਪਿਛਲੀ ਵਾਰ ਵੀ 2002 ਤੋਂ 2007 ਜੋ ਸਰਕਾਰ ਰਹੀ 5ਵੇਂ ਸਾਲ ਦੇ ਅਖੀਰ ਤੱਕ ਜਦ ਤਾਈਂ ਸਾਡੀ ਸਰਕਾਰ ਰਹੀ ਅਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਹੀ ਜਾ ਰੱਖਿਆ ਅਸੀਂ ਪੂਰੀਆਂ ਕਰਕੇ ਅਸੀਂ ਛੱਡੀਆਂ ਇਹੀ ਹਾਲ ਹੋਣਾ ਆਹਿਸਤਾ ਆਹਿਸਤਾ ਜਾ ਰਿਹਾ ਤੁਸੀਂ ਮੈਨੂੰ ਪੁੱਛ ਰਹੇ ਨੇ ਬੱਚੇ ਸਾਡੇ ਟੈਲੀਫੋਨ ਕਦੋਂ ਜਾਊਂਗੇ ਅਗਲਾ ਟੈਲੀਫੋਨ ਆ ਗਿਆ ਅਗਲੇ ਟੈਲੀਫੋਨ ਦੇ ਵਿੱਚ ਸਾਡੇ ਅਸੀਂ 10 ਲੱਖ ਟੈਲੀਫੋਨ ਮੰਗਵਾਉਣੇ ਨੇ ਬਾਹਰੋਂ ਇੱਥੇ ਤਾਂ ਹਿੰਦੁਸਤਾਨ 'ਚ ਇੰਨੇ ਬਣਨੇ ਨੇ ਔਰ ਅਸੀਂ 3.5 ਲੱਖ ਜਾਂ 3.5 ਲੱਖ ਦੇ ਟੈਂਡਰ ਲਾ ਚੁੱਕੇ ਹਾਂ ਉਹਨਾਂ ਨੇ ਆ ਜਾਣਾ ਔਰ ਜਦੋਂ ਕੋਰਟ ਉੱਠ ਜਾਣੀ ਹੈ ਅਸੀਂ ਵੰਡਣਾ ਸ਼ੁਰੂ ਕਰ ਦੇਣਾ ਇਹ ਸਾਡੇ ਕੋਰਟ ਰਹਿਣ ਨੂੰ 3 ਮਹੀਨੇ ਹੋ ਗਏ ਨੇ ਸਾਡੇ ਖਤਮ ਹੋਏ ਨੂੰ ਆਪਣੇ ਜਿਹੜੇ ਟੈਂਡਰ ਨੇ ਉਹ ਸਾਰੀਆਂ ਗੱਲਾਂ ਅਸੀਂ ਆਹਿਸਤਾ ਆਹਿਸਤਾ ਕਰਨੀਆਂ ਪਹਿਲਾਂ ਕਿਸਾਨੀ ਨੂੰ ਦੇਖਣਾ ਫਿਰ ਬੱਚਿਆਂ ਦੀ ਨੌਕਰੀਆਂ ਫਿਰ ਸਾਡੇ ਇੱਥੇ ਟੈਲੀਫੋਨ ਫਿਰ ਹੋਰ ਜਿਹੜੇ ਮਸਲੇ ਨੇ ਸਾਡੇ ਸਾਹਮਣੇ ਖੇਤੀਬਾੜੀ ਨੇ ਹੋਰ ਚੀਜ਼ਾਂ ਨੇ ਉਹ ਅਸੀਂ ਲਿਆਉਣੇ ਹਾਂ ਔਰ ਮੈਂ ਹੁਣ ਆਸ ਕਰਦਾ ਕਿ ਸਾਰੇ ਇਸ ਸਟੇਟ ਤੋਂ ਲੈ ਕੇ ਛੋਟੇ ਤੋਂ ਛੋਟਾ ਜਿਹੜਾ ਬੱਚਾ ਸਾਡਾ ਸਕੂਲ ਕਾਲਜ ਪੜ੍ਹਦਾ ਹੈ ਮੇਰੇ ਬੇਟੇ ਮੇਰੇ ਸਾਥੀਓ ਆਪ ਉੱਠੋ ਇਹ ਸਾਡੇ ਦੇਸ਼ ਦੀ ਇਹ ਲੜਾਈ ਹੈ ਆਪਣੇ ਬੱਚਿਆਂ ਦੀ ਲੜਾਈ ਹੈ ਆਪਣੇ ਬੱਚਿਆਂ ਦਾ ਆਪਾਂ ਨੇ ਭਵਿੱਖ ਬਣਾਉਣਾ ਹੈ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਹੁਣ ਇੱਕਜੁੱਟ ਹੋ ਸਿਆਸੀ ਗੱਲਾਂ ਹੁੰਦੀਆਂ ਨੇ ਕੋਈ ਗੱਲ ਨਹੀਂ ਮੇਰੀ ਇਹਨਾਂ ਦੀ ਕੋਈ ਵੀ ਸਾਡੀ ਸਿਆਸੀ ਆਪਸ ਕੋਈ ਗੱਲ ਹੋਵੇ ਉਹ ਆਪਣੀ ਗੱਲ ਕਰੋ ਛੱਡੋ ਹੁਣ ਹੈ ਦੇਸ਼ ਦਾ ਭਵਿੱਖ ਹੁਣ ਹੈ ਹਕੂਮਤ ਬਦਲਣੀ ਹੁਣ ਹੈ ਰਾਹੁਲ ਜੀ ਨੂੰ ਉੱਥੇ ਲਿਆਉਣਾ ਔਰ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਮੇਰੀ ਗੱਲ ਮੰਨੋਗੇ ਮੈਂ ਆਊਂਗਾ ਦੁਬਾਰਾ ਇਹ ਨਹੀਂ ਕਿ ਮੈਂ ਹੁਣ ਕੰਮ ਕਰਕੇ ਚੱਲਿਆ ਲੇਕਿਨ 10 ਦਿਨ ਹੀ ਰਹਿ ਗਏ ਸਾਡੇ ਕੋਲ ਕਿੱਥੇ ਕਿੱਥੇ ਪਹੁੰਚ ਸਕੂਗੇ ਪਤਾ ਨਹੀਂ ਸਾਡੀ PCC ਬਣਾ ਰਹੀ ਹੈ ਸਾਰਾ ਪ੍ਰੋਗਰਾਮ ਪਰ ਮੈਂ ਆਊਂਗਾ ਤੁਹਾਡੇ ਕੋਲ ਜ਼ਰੂਰ ਵਾਪਸ
ਲੇਕਿਨ ਇਹ ਲੜਾਈ ਤੁਹਾਨੂੰ ਆਪਣੀ ਬਣਾਉਣੀ ਪਊ। ਇਹ ਭਾਰ ਤੁਹਾਡਾ ਗਵਾਇਆ ਜੀ ਦਾ ਆਪਣੇ ਮੋਢਿਆਂ 'ਤੇ ਤੁਹਾਨੂੰ ਚੱਕਣਾ ਪਊ ਔਰ ਇਹਨਾਂ ਦੀ ਫਤਿਹ ਬਣਾਉਣੀ ਪਊ ਔਰ ਇਹਨਾਂ ਦੀ ਫਤਿਹ ਸਾਰੀ ਫਤਿਹ ਹੋਵੇਗੀ। ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।